ਗਨ ਪੁਆਇੰਟ ਦੇ ਉੱਤੇ ਇੱਕ ਕੈਬ ਡਰਾਈਵਰ ਦੇ ਕੋਲੋਂ ਗੱਡੀ ਖੋਈ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਲੁਧਿਆਣਾ ਤੋਂ ਜਲੰਧਰ ਜਾਣ ਦੇ ਲਈ ਇੱਕ ਕੈਬ ਬੁੱਕ ਕਰਵਾਈ ਗਈ ਸੀ ਅਤੇ ਜਿਵੇਂ ਹੀ ਡਰਾਈਵਰ ਉੱਥੇ ਗੱਡੀ ਲੈ ਕੇ ਪਹੁੰਚਦਾ ਤਾਂ ਉਸਦੇ ਕੋਲੋਂ ਗਨ ਪੁਆਇੰਟ ਦੇ ਉੱਤੇ ਗੱਡੀ ਖੋ ਲਈ ਜਾਂਦੀ ਹੈ। ਤਾਂ ਦੱਸ ਦਈਏ ਕਿ ਸਵਿਫਟ ਡਿਜ਼ਾਇਰ ਗੱਡੀ ਜੋ ਹੈ ਉਹ ਖੋਈ ਗਈ ਹੈ ਅਤੇ ਹਰਮਿੰਦਰ ਸਿੰਘ ਨਾਮਕ ਸ਼ਖਸ ਦੀ ਇਹ ਗੱਡੀ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਕਿਸੇ ਲੜਕੀ ਦੇ ਨੰਬਰ ਤੋਂ ਇਹ ਬੁਕਿੰਗ ਕੀਤੀ ਗਈ ਸੀ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਲੁਧਿਆਣਾ ਤੋਂ ਸਾਹਮਣੇ ਆਈ ਹੈ। ਲੁਧਿਆਣਾ ਦੇ ਵਿੱਚ ਗਨ ਪੁਆਇੰਟ ਦੇ ਉੱਤੇ ਇੱਕ ਕਾਰ ਖੋਈ ਗਈ ਹੈ। ਸਵਿਫਟ ਡਿਜ਼ਾਇਰ ਇਹ ਗੱਡੀ ਦੱਸੀ ਜਾ ਰਹੀ ਹੈ ਜੋ ਕਿ ਲੁਧਿਆਣਾ ਤੋਂ ਜਲੰਧਰ ਦੇ ਲਈ ਬੁਕਿੰਗ ਕੀਤੀ ਗਈ ਸੀ ਕੈਬ ਡਰਾਈਵਰ ਦੇ ਕੋਲ। ਜਦੋਂ ਗੱਡੀ ਲੈ ਕੇ ਉੱਥੇ ਪਹੁੰਚਦਾ ਤਾਂ ਗਨ ਪੁਆਇੰਟ ਦੇ ਉੱਤੇ ਗੱਡੀ ਖੋ ਕੇ ਜੋ ਬਦਮਾਸ਼ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਕੈਬ ਚਲਾਉਣ ਵਾਲੇ ਤੋਂ ਗੱਡੀ ਖੋਈ ਗਈ ਹੈ। ਪਹਿਲਾਂ ਬੁਕਿੰਗ ਕਰਵਾਈ ਗਈ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਡਰਾਈਵਰ ਉੱਥੇ ਗੱਡੀ ਲੈ ਕੇ ਪਹੁੰਚਦਾ ਤਾਂ ਉੱਥੇ ਗਨ ਪੁਆਇੰਟ ਦੇ ਉੱਤੇ ਇਹ ਗੱਡੀ ਖੋ ਲਈ ਜਾਂਦੀ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਦੀ ਟੀਮਾਂ ਪਹੁੰਚੀਆਂ ਨੇ। ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਗੱਡੀ ਵਾਲੇ ਸ਼ਖਸ ਕੌਣ ਨੇ। ਤਾਂ ਵੱਡੀ ਖਬਰ ਹੈ, ਲੁਧਿਆਣਾ ਦੇ ਵਿੱਚ ਗਨ ਪੁਆਇੰਟ ਦੇ ਉੱਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਦੀ ਲੁੱਟ ਖੋਹ ਕੀਤੀ ਗਈ ਹੈ।